ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਐਨਰਜੀ ਡਰਿੰਕ ਤੁਸੀਂ ਬਹੁਤ ਦੇਖੇ ਹੋਣੇ ਲੇਕਿਨ ਅੱਜ ਅਸੀਂ ਤੁਹਾਨੂੰ ਉਸ ਐਨਰਜੀ ਡਰਿੰਕ ਦੇ ਦਰਸ਼ਨ ਕਰਵਾ ਰਹੇ ਹਾਂ ਜੋ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਪਹਿਲਾਂ ਇਸ ਨੂੰ ਵੀ ਪਹਿਲਾਂ ਲੈਂਦੇ ਸੀ ਤੇ ਉਹ 150 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੁੰਦੀ ਸੀ ਅਸੀਂ ਤੁਹਾਨੂੰ ਇਹ ਆਪ ਦਿਖਾ ਰਹੇ ਹਾਂ ਇੱਕ ਨਿੰਗ ਸਿੰਘਾਂ ਵੱਲੋਂ ਇੱਥੇ ਇੱਕ ਸਿਰਦਿਆਈ ਬਣਾਈ ਜਾ ਰਹੀ ਹੈ ਅਸੀਂ ਤੁਹਾਨੂੰ ਉਸਦੇ ਆਪਣਾ ਦਰਸ਼ਨ ਕਰਾ ਰਹੇ ਹਾਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਸ ਨੂੰ ਆਪਣਾ ਲੈਣ ਦੇ ਲਈ ਕਿਉਂਕਿ ਹੁਣ ਐਨਰਜੀ ਡਰਿੰਕ ਜਿਹੜੇ ਲੋਕ ਲੈਂਦੇ ਨੇ ਉਸ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਆਉਂਦੇ ਨੇ ਲੇਕਿਨ ਇਹ ਬਿਨਾਂ ਕੈਮੀਕਲ ਤੋਂ ਇੱਕ ਇਹੋ ਜਿਹਾ ਐਨਰਜੀ ਡਰਿੰਕ ਹੈ ਜਿਸ ਦੇ ਨਾਲ ਲੋਕਾਂ ਦੇ ਸਰੀਰ ਨੂੰ ਜਿੱਥੇ ਤਾਕਤ ਮਿਲਦੀ ਹੈ ਐਨਰਜੀ ਮਿਲਦੀ ਹੈ ਉੱਥੇ ਉਹਨਾਂ ਦੀ ਜ਼ਿਆਦਾਤਰ ਦੇ ਵਿੱਚ ਵੀ ਇਹਦੇ ਨਾਲ ਵਾਧਾ ਹੁੰਦਾ ਕਿਉਂਕਿ ਇਸ ਦੇ ਵਿੱਚ ਮਗਜ਼ ਪਾਏ ਹੋਏ ਨੇ ਇਹਦੇ ਵਿੱਚ ਬਦਾਮ ਕਾਜੂ ਪਾਏ ਹੋਏ ਨੇ ਉਹਦੇ ਨਾਲ ਸੌਂਫ ਪਾਈ ਹੋਈ ਹੈ ਕਾਲੀ ਮਿਰਚ ਪਾਈ ਹੋਈ ਹੈ ਲੈਚੀਆਂ ਪਾਈਆਂ ਹੋਈਆਂ ਤੇ ਜੇ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਗੁਲਾਬ ਪੱਤੀਆਂ ਵੀ ਇਹਦੇ ਵਿੱਚ ਪਾਈਆਂ ਹੋਈਆਂ ਨੇ ਇਹ ਸਾਰਾ ਕੁਝ ਇਹਨਾਂ ਨਿੰਗ ਸਿੰਘਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਸਿਵਲ ਲੈਂਡ ਦੇ ਨੇੜੇ ਦਾਦੀ ਪੋਤੀ ਪਾਰਕ ਦੇ ਨੇੜੇ ਦੀਆਂ ਤਸਵੀਰਾਂ ਇਸ ਦੇ ਵਿੱਚੋਂ ਕਿਸ ਤਰ੍ਹਾਂ ਐਨਰਜੀ ਮਿਲਦੀ ਹੈ ਅਸੀਂ ਉਹਨਾਂ ਨਿੰਗ ਸਿੰਘਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਐਨਰਜੀ ਡਰਿੰਕਾਂ ਦੇ ਵੱਲ ਹੀ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਇਹ ਅਸੀਂ ਉਹਨੂੰ ਆਪਾਂ ਸਾਰੀ ਗੱਲ ਸੁਣਾਉਣੇ ਹਾਂ ਕੀ ਕਹਿੰਦੇ ਨਿੰਗ ਸਿੰਘ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਐਨਰਜੀ ਡਰਿੰਕਾਂ ਵੱਲ ਜ਼ਿਆਦਾ ਜਾ ਰਹੀ ਹੈ ਇਸ ਪਾਸੇ ਵੱਲ ਆ ਨਹੀਂ ਰਹੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਜੀ ਇਹ ਆਪਦੀਆਂ ਅੱਖਾਂ ਦੇ ਸਾਹਮਣੇ ਬਣੀ ਹੋਈ ਚੀਜ਼ ਆ ਛਕੋ ਭਾਵੇਂ ਆਪਣੇ ਘਰ ਤਿਆਰ ਕਰਕੇ ਛਕੋ ਜਾਂ ਇੱਥੇ ਸਾਡੇ ਕੋਲੋਂ ਛਕੋ ਤੇ ਜਿਹੜੀਆਂ ਆਪਣੀਆਂ ਬਾਜ਼ਾਰੂ ਆ ਐਨਰਜੀ ਡਰਿੰਕ ਆਉਂਦੇ ਉਹਨਾਂ ਨੂੰ ਬੰਦ ਕਰੋ ਜਿਹਦੇ ਨਾਲ ਸਿਹਤ ਤਾਂ ਆਪਣੀ ਤੰਦਰੁਸਤ ਰਹਿ ਸਕੇ ਗੱਲ ਕਰੀਏ ਇਹਦੇ ਵਿੱਚ ਇਹੋ ਜਿਹਾ ਤੁਹਾਡੇ ਵੱਲੋਂ ਕੀ ਕੁਛ ਪਾਇਆ ਜਾਂਦਾ ਜਿਹੜੇ ਸਰੀਰ ਨੂੰ ਐਨਰਜੀ ਮਿਲਦੀ ਹੈ ਇਹਦੇ ਵਿੱਚ ਮਗਜ਼ ਕਾਜੂ ਬਦਾਮ ਖਸਖਸ ਕਾਲੀਆਂ ਮਿਰਚਾਂ ਲੈਚੀਆਂ ਪਾਈਆਂ ਜਾਂਦੀਆਂ ਕਿੰਨੇ ਕੁ ਨੌਜਵਾਨ ਤੁਹਾਡੇ ਕੋਲ ਆਉਂਦੇ ਨੇ 200-300 ਕਰੀਬ ਆ ਜਾਂਦੇ ਇੱਥੇ ਲੋਕ ਵੀ ਆਉਂਦੇ ਨੇ ਦੂਰੋਂ ਦੂਰ ਆਉਂਦੇ ਨੇ ਕਿੰਨੇ ਰੁਪਏ ਤੁਹਾਡੇ ਵੱਲੋਂ ਇਹ ਗਲਾਸ ਰੱਖਿਆ ਗਿਆ 20 ਰੁਪਏ ਗਲਾਸ 20 ਰੁਪਏ ਗਲਾਸ ਤਾਂ ਬਹੁਤ ਥੋੜਾ ਤੁਹਾਡੇ ਵੱਲੋਂ ਐਡੀਆਂ ਵੀ ਆਪਾਂ ਕੀਮਤੀ ਚੀਜ਼ਾਂ ਪਾਈਆਂ ਹੈਗੀਆਂ ਜਿਸ ਤਰ੍ਹਾਂ ਗੁਲਾਬ ਪੱਤੀਆਂ ਕਹਿ ਲਈਏ ਜਿਸ ਤਰ੍ਹਾਂ ਆਪਾਂ ਅਲੈਚੀਆਂ ਕਹਿ ਲਈਏ ਬਹੁਤ ਮਹਿੰਗੀਆਂ ਨੇ ਮਗਜ਼ ਬਹੁਤ ਮਹਿੰਗੇ ਨੇ ਜੇ ਆਪਾਂ ਖਸਖਸ ਦੀ ਗੱਲ ਕੀਤੀ ਜਾਵੇ ਉਹ ਵੀ ਬਹੁਤ ਮਹਿੰਗੀ ਹੈ ਤਾਂ ਫਿਰ ਇੰਨੇ ਰੁਪਏ ਘੱਟ ਕਰਨ ਦਾ ਕੀ ਕਾਰਨ ਕਾਰਨ ਇਸ ਵਿੱਚ ਇਹੀ ਹੈ ਜੀ ਨਾਲ ਨਾਲ ਸੇਵਾ ਸਾਡੀ ਤੇ ਨਾਲ ਨਾਲ ਘਰ ਦਾ ਗੁਜ਼ਾਰਾ ਵੀ ਚੱਲੀ ਨੌਜਵਾਨ ਪੀੜ੍ਹੀ ਨੂੰ ਅੱਜ ਕੱਲ੍ਹ ਦੀ ਤੁਹਾਡੇ ਵੱਲੋਂ ਕੀ ਅਪੀਲ ਕਰਨੀ ਨੌਜਵਾਨ ਪੀੜ੍ਹੀ ਨੂੰ ਇਹੀ ਅਪੀਲ ਹੈ ਵੀ ਚੰਗੀਆਂ ਚੀਜ਼ਾਂ ਖਾਓ ਜੀ ਜਿਹੜੀਆਂ ਆਪਣੇ ਅੱਖਾਂ ਦੇ ਸਾਹਮਣੇ ਤਿਆਰ ਹੁੰਦੀਆਂ ਜੋ ਕੋਲਡ ਡਰਿੰਕ ਵਗੈਰਾ ਜਾਂ ਕੋਈ ਡਰਿੰਕ ਹੋਰ ਆਉਂਦੇ ਆ ਉਹ ਐਨਰਜੀ ਡਰਿੰਕ ਉਹਨਾਂ ਨੂੰ ਬੰਦ ਕਰੋ ਇਹ ਆਪਣੇ ਘਰੇ ਤਿਆਰ ਕਰਕੇ ਪੀਓ ਇੱਕ ਹੋਰ ਸਵਾਲ ਹੈ ਜਿਸ ਤਰ੍ਹਾਂ ਕਿ ਕਿਤੇ ਨਿੰਗ ਸਿੰਘ ਕਿਤੇ ਵੀ ਰਗੜਾ ਲਾਉਂਦੇ ਨੇ ਤਾਂ ਲੋਕਾਂ ਦੇ ਮਨ 'ਚ ਇੱਕ ਸੋਚ ਬਣੀ ਹੁੰਦੀ ਹੈ ਵੀ ਸ਼ਾਇਦ ਕਿਤੇ ਨਿੰਗ ਸਿੰਘ ਸੁੱਖਾ ਰਗੜ ਰਹੇ ਹੋਣੇ ਆ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦਾ ਹੋਇਆ ਵੀ ਲੋਕ ਆਏ ਤੇਰੇ ਕੋਲ ਸੁੱਖਾ ਦੇ ਪਹਿਲਾਂ ਹੋਇਆ ਜੀ ਪਹਿਲਾਂ ਸਾਡੇ ਬਾਣੇ ਤੋਂ ਸੀਗਾ ਜੀ ਇਹਨਾਂ ਨੂੰ ਐਂ ਹੁੰਦਾ ਸੀਗਾ ਆਮ ਸੰਗਤ ਨੂੰ ਵੀ ਇਹ ਕਿਤੇ ਸੁੱਖਾ ਰਗੜਦੇ ਹੋਣਗੇ ਪਰ ਅਸੀਂ ਇਹਦੇ 'ਚ ਕੋਈ ਉੱਦਾਂ ਦੀ ਚੀਜ਼ ਨਹੀਂ ਮਿਲਾਉਂਦੇ ਬਿਲਕੁਲ ਜੀ ਤੁਸੀਂ ਇਹ ਸੁਣਿਆ ਇਹ ਐਨਰਜੀ ਡਰਿੰਕ ਇਹ ਇੱਕ ਨੇਚੁਰਲ ਐਨਰਜੀ ਡਰਿੰਕ ਹੈ ਜੋ ਇੱਥੇ ਬਣਾਇਆ ਗਿਆ ਵੀ ਆਪਣਾ ਇੱਥੇ ਸਾਰਾ ਕੁਝ ਬਣਾਇਆ ਜਾਂਦਾ ਹੈ ਇਸ ਦੇ ਵਿੱਚ ਸਾਰੀਆਂ ਹੀ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਜੋ ਸਰੀਰ ਨੂੰ ਸਾਡੇ ਨੂੰ ਤਾਕਤ ਦਿੰਦੀਆਂ ਐਨਰਜੀ ਦਿੰਦੀਆਂ ਇਸ ਲਈ ਨੌਜਵਾਨ ਪੀੜ੍ਹੀ ਨੂੰ ਇਹ ਸੋਚਣਾ ਚਾਹੀਦਾ ਕਿਉਂਕਿ ਐਨਰਜੀ ਡਰਿੰਕਾਂ ਨੂੰ ਛੱਡ ਕੇ ਇਹੋ ਜਿਹੇ ਡਰਿੰਕਾਂ ਬਣਾਉਣਾ ਚਾਹੀਦਾ ਅਸੀਂ ਉਹਨੇ ਇੱਕ ਵਾਰੀ ਫਿਰ ਦਿਖਾਵਾਂਗੇ ਇੱਥੇ ਆਪਣੇ ਲੋਕ ਆਏ ਹੋਣੇ ਵੱਡੀ ਗਿਣਤੀ ਵਿੱਚ ਜਿਨ੍ਹਾਂ ਵੱਲੋਂ ਇਹ ਐਨਰਜੀ ਡਰਿੰਕ ਲਿਆ ਜਾ ਰਿਹਾ ਇਸ ਤੋਂ ਪਹਿਲਾਂ ਸਾਡੇ ਕੋਲ ਇੱਥੇ ਮੁਕਤਸਰ ਜ਼ਿਲ੍ਹੇ ਤੋਂ ਵੀ ਲੋਕ ਕੁਝ ਲੋਕ ਆਏ ਨੇ ਵੀਰ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਇੱਥੇ ਐਨਰਜੀ ਡਰਿੰਕ ਲੈਣਾ ਕੀ ਕਹਿਣਾ ਚਾਹੁੰਦੇ ਹੋ ਬਾਬਾ ਯਾਰ ਇਹ ਸ਼ਾਇਦ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਹਰ ਇੱਕ ਵਿਅਕਤੀ ਕੈਮਰੇ ਸਾਹਮਣੇ ਨਹੀਂ ਆ ਸਕਦਾ ਇਸ ਲਈ ਤੁਹਾਨੂੰ ਵੀ ਇਸ ਤਰ੍ਹਾਂ ਦੀ ਐਨਰਜੀ ਡਰਿੰਕ ਲੈਣ ਦੀ ਦੂਸਰੇ ਵੀ ਐਨਰਜੀ ਨੂੰ ਕੰਮ ਛੱਡ ਕੇ ਇਸ ਤਰ੍ਹਾਂ ਦੇ ਐਨਰਜੀ ਡਰਿੰਕਾਂ ਵੱਲ ਸਾਨੂੰ ਆਉਣਾ ਚਾਹੀਦਾ ਹੈ ਖਬਰ ਪੰਜਾਬ ਦੇ ਲਈ ਬਠਿੰਡਾ ਤੋਂ ਜਸਕਰਨ ਮੀਡੀਆ